ਆਈਆਂ ਨੇ ਉਹ ਨਹੀਂ ਆਏ ਤਾਂ ਜਲਾਲਾਬਾਦ ਦੇ BDPO ਦਫ਼ਤਰ ਦੇ ਵਿੱਚ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ BDPO ਦਫ਼ਤਰ ਦੇ ਵਿੱਚ ਫਿਰੋਜ਼ਪੁਰ ਤੋਂ ਲੋਕ ਸਭਾ ਸਾਂਸਦ ਸ਼ੇਰ ਸਿੰਘ ਘੁਬਾਇਆ ਪਹੁੰਚੇ ਤਾਂ ਜਦੋਂ ਘੁਬਾਇਆ ਨੇ NOC ਹਾਸਲ ਕਰਨ ਵਾਲੇ ਕਮਰੇ 'ਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਕਾਫੀ ਸਮਾਂ ਉਹਨਾਂ ਨੂੰ ਗੇਟ ਖੜਕਾਉਣ ਦੇ ਬਾਵਜੂਦ ਵੀ ਗੇਟ ਨਹੀਂ ਖੋਲ੍ਹਿਆ ਗਿਆ ਤਾਂ ਉਹਨਾਂ ਨੂੰ ਮਜਬੂਰਨ ਵਾਪਸ ਜਾਣਾ ਪਿਆ। ਇਸ ਦੌਰਾਨ ਪੁਲਿਸ ਅਧਿਕਾਰੀਆਂ ਦੇ ਨਾਲ ਉਹਨਾਂ ਦੀ ਬਹਿਸ ਵੀ ਹੋਈ ਹੈ। ਸਾਂਸਦ ਸ਼ੇਰ ਸਿੰਘ ਘੁਬਾਇਆ ਨੇ ਆਰੋਪ ਲਾਇਆ ਕਿ ਇੱਥੇ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ, ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਹਨਾਂ ਨੇ ਆਰੋਪ ਲਾਇਆ ਕਿ ਕਮਰੇ ਅੰਦਰ ਬੈਠੇ ਲੋਕ ਮਨਮਾਨੀ ਕਰ ਰਹੇ ਨੇ, ਜਿਸ ਦੇ ਚੱਲਦੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਦੇਖੋ, ਇੱਥੇ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ, ਕੋਈ ਕੰਟਰੋਲ ਨਹੀਂ, ਇਹ ਸਿਰਫ ਧੱਕੇਸ਼ਾਹੀ, ਗੁੰਡਾਗਰਦੀ ਤੇ ਸਾਰਾ ਕੁਝ ਚੱਲਦੀ ਸਾਹਿਬ। ਇਹ ਸਾਰੇ ਗੇਟ ਖੋਲਣਾ ਸੀ, ਆਮ ਲੋਕਾਂ ਦਾ ਕੀ ਹਾਲ ਹੋ ਗਿਆ? ਇਹ ਤਾਂ CM ਦਾ ਵੀ ਖੋਲਣਗੇ।